ਕਿਹਾ ਸਾਡੇ ਪੰਜਾਬੀਆਂ ਨੂੰ ਬਦਨਾਮ ਕੀਤਾ ਹੈ ਕਿ 60 ਸਾਲ ਦੇ ਇਤਿਹਾਸ 'ਚ ਪਹਿਲੀ ਵਾਰੀ ਕਿਸੇ ਮੈਂਬਰ ਆਫ ਪਾਰਲੀਮੈਂਟ ਨੂੰ ਸਰਬਸੰਮਤੀ ਪਾਰਟੀ ਦੇ ਨਾਲ ਪਾਰਲੀਮੈਂਟ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਤੇ ਸਪੀਕਰ ਮੈਡਮ ਨੂੰ ਬੇਨਤੀ ਕੀਤੀ ਕਿ ਤੁਸੀਂ ਇਹਨੂੰ ਨਸ਼ਾ ਛੜਾਓ ਕੇਂਦਰ ਵਿੱਚ ਭੇਜ ਕੇ ਜੇ ਇਹਨੂੰ ਉੱਥੇ ਨਸ਼ਾ ਛੜਾਓ ਅੱਜ ਇਹਦੇ ਨਾਲ ਬਹਿਣਾ ਔਖਾ ਹੈ ਜਿੰਨੀ ਬੀਬੀਆਂ ਆਸ ਪਾਸ ਮੇਰੇ ਸਾਰਿਆਂ ਨੇ ਸਪੀਕਰ ਨੂੰ ਇਹੋ ਜਿਹੀ ਜਾ ਕੇ ਇਹਦੇ ਬਾਰੇ ਗੱਲ ਕੀਤੀ ਤੇ ਜਦ ਇਹ ਖੜਦਾ ਹੈਗਾ ਮੈਨੂੰ ਲੋਕੀ ਤਾਨੇ ਮਾਰਦੇ ਕਿ ਤੁਹਾਡੇ ਪੰਜਾਬ ਦੇ ਲੋਕੀ ਇਹੋ ਜਿਹੇ ਬੰਦਿਆਂ ਨੂੰ ਭੇਜਦੇ ਨੇ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਇਹ ਜਿਹੜੇ ਸ਼ਹੀਦਾਂ ਦੀ ਗੱਲ ਕਰਕੇ ਉਹਨਾਂ ਦੀ ਦਸਤਾਰਾਂ ਦੀ ਨਕਲ ਉਤਾਰ ਕੇ ਅੱਜ ਮੈਂ ਸਮਝਿਆ ਜਿਹਦੇ ਸ਼ਹੀਦਾਂ ਨੇ ਆਪਣਾ ਸਾਰਾ ਜੀਵਨ ਕੁਰਬਾਨ ਕਰਤਾ ਇਹਨਾਂ ਨੂੰ ਇੰਨੀ ਅਕਲ ਨਹੀਂ ਕਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਨਸ਼ੇ ਦੀ ਹਾਲਤ ਵਿੱਚ ਕਦੇ ਪਾਰਲੀਮੈਂਟ ਵਿੱਚ ਜਾ ਕੇ ਸਾਨੂੰ ਬਦਨਾਮ ਕਰਦੇ ਆ ਤੇ ਇਹੋ ਜਿਹੇ ਬੰਦਿਆਂ ਤੋਂ ਜੇ ਕਦੇ ਚੁਟਕਲੇ ਸੁਣਾ ਕੇ ਲੋਕਾਂ ਦੇ ਭੋਲੇ ਭਾਲੇ ਲੋਕਾਂ ਦੀ ਦੁੱਖਾਂ ਦੇ ਉੱਤੇ ਉਂਗਲ ਰੱਖ ਕੇ ਮਜ਼ਾਕ ਉਡਾ ਕੇ ਉਹਨਾਂ ਦੀ ਵੋਟਾਂ ਲੈ ਕੇ ਲੀਡਰ ਬਣ ਕੇ ਫਿਰ ਆਪਣਾ ਹੀ ਸੰਗਰੂਰ ਹਲਕਾ ਛੱਡ ਕੇ ਹੁਣ ਜਲਾਲਾਬਾਦ ਭੱਜ ਗਏ ਨੇ ਇਹ ਤਾਂ ਆਮ ਆਦਮੀ ਪਾਰਟੀ ਦੀ ਫਿਤਰਤ ਹੈ ਕੇਜਰੀਵਾਲ ਮੁੱਖ ਮੰਤਰੀ ਦਾ ਛੱਡ ਕੇ ਪ੍ਰਧਾਨ ਮੰਤਰੀ ਦੇ ਸੁਪਨੇ ਦੇਖਣ ਲੱਗਿਆ ਹੁਣ ਇੰਨੇ ਵੱਡੇ ਵੱਡੇ ਵਾਅਦੇ ਜਿਹੜੇ ਦਿੱਲੀ ਦੀ ਜਨਤਾ ਨੂੰ ਕੀਤੇ ਸੀ ਜਦ ਪੂਰੇ ਉੱਤਰਦੇ ਨਹੀਂ ਨਜ਼ਰ ਆਉਂਦੇ ਲੋਕੀ ਗੱਲ ਪੈਂਦੇ ਨੇ ਤਾਂ ਦਿੱਲੀ ਛੱਡ ਕੇ ਹੁਣ ਪੰਜਾਬ ਆ ਰਿਹਾ ਹੈਗਾ ਇਹ ਭਗਵੰਤ ਮਾਨ ਪਹਿਲੇ ਸੰਗਰੂਰ ਦੇ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਉਹ ਛੱਡ ਕੇ ਹੁਣ ਜਲਾਲਾਬਾਦ ਭੱਜ ਗਿਆ ਜਰਨੈਲ ਸਿੰਘ ਵੀ ਦਿੱਲੀ ਛੱਡ ਕੇ ਇੱਥੇ ਇਹ ਸਾਰੇ ਭੱਜ ਭੱਜ ਕੇ ਇਸ ਕਰਕੇ ਆ ਰਹੇ ਨੇ ਕਿਉਂਕਿ ਜਿਹੜੇ ਵਾਅਦੇ ਝੂਠੇ ਕਰਦੇ ਨੇ ਉਹ ਇਹਨਾਂ ਨੂੰ ਵੀ ਪਤਾ ਅਸੀਂ ਪੂਰੇ ਨਹੀਂ ਕਰ ਸਕਦੇ ਤਾਂ ਗਾ ਇਹਨਾਂ ਨੇ ਲੋਕਾਂ ਤੋਂ ਪੈਸੇ ਲੁੱਟ ਕੇ ਬਟੋਰ ਕੇ ਉੱਚੇ ਸੁਬੇ ਤੋਂ ਤੁਰ ਜਾਣਾ ਵੀ ਕਾਲਾ ਪਿੰਕ ਕਿੰਨਾ ਬਰਾਉਂਦ ਹੋ ਗਿਆ ਆਪਣੇ ਮੋਦੀ ਜੀ ਮੇਰੇ ਕੋਲ